ਦਲੀਆ ਤੁਸੀਂ ਬਹੁਤ ਵਾਰੀ ਬਣਾਇਆ ਵੀ ਹੋਣਾ ਅਤੇ ਖਾਧਾ ਵੀ ਹੋਣਾ, ਪਰ ਇੱਕ ਵਾਰੀ ਮੇਰੇ ਇਸ ਤਰੀਕੇ ਦੇ ਨਾਲ ਦਲੀਆ ਬਣਾ ਕੇ ਦੇਖਿਓ, ਉਂਗਲੀਆਂ ਚੜ੍ਹਦੇ ਰਹਿ ਜਾਓਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ 'ਤੇ ਅਤੇ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ। ਅੱਜ ਮੈਂ ਬਣਾ ਰਹੀ ਹਾਂ ਗੁੜ ਵਾਲਾ ਦਲੀਆ, ਬਹੁਤ ਹੀ ਸਪੈਸ਼ਲ ਅਤੇ ਵੱਖਰੇ ਤਰੀਕੇ ਦੇ ਨਾਲ, ਜੋ ਕਿ ਬਹੁਤ ਹੀ ਟੇਸਟੀ ਵੀ ਬਣ ਕੇ ਤਿਆਰ ਹੁੰਦਾ ਹੈ ਅਤੇ ਨਾਲ ਹੀ ਬਹੁਤ ਹੈਲਥੀ ਹੁੰਦਾ ਹੈ। ਰੈਸਪੀ ਜ਼ਰੂਰ ਇੱਕ ਵਾਰੀ ਮੇਰੇ ਤਰੀਕੇ ਦੇ ਨਾਲ ਬਣਾ ਕੇ ਦੇਖਿਓ, ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ। ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਚਲੋ ਜੀ ਰੈਸਪੀ ਸ਼ੁਰੂ ਕਰਦੇ ਹਾਂ। ਇੱਥੇ ਮੈਂ ਲਿਆ ਇੱਕ ਕਟੋਰੀ ਦਲੀਆ, ਯਾਨੀ ਕਿ ਘਰ ਦੇ ਵਿੱਚ ਨੋਰਮਲ ਬਾਉਲ ਹੁੰਦੇ ਆ ਦਲੀਆ ਦਾ ਲਿਆ ਹੈ, ਅਤੇ ਨਾਲ ਹੀ ਇੱਥੇ ਮੈਂ ਅੱਧੀ ਕਟੋਰੀ ਲਈ ਹੈ ਗੁੜ, ਅੱਧੀ ਕਟੋਰੀ ਤੋਂ ਥੋੜ੍ਹਾ ਘੱਟ ਆ। ਜਿਸ ਤਰ੍ਹਾਂ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ, ਘੱਟ ਜਾਂ ਜ਼ਿਆਦਾ ਉਸ ਹਿਸਾਬ ਦੇ ਨਾਲ ਤੁਸੀਂ ਮਿੱਠਾ ਵਰਤ ਸਕਦੇ ਹੋ। ਅਤੇ ਦਲੀਆ ਮੈਂ ਮੋਟੇ ਵਾਲਾ ਲਿਆ ਹੈ, ਤੁਸੀਂ ਕੋਈ ਵੀ ਦਲੀਆ ਲੈ ਸਕਦੇ ਹੋ। ਅਤੇ ਦਲੀਏ ਨੂੰ 4 ਤੋਂ 5 ਵਾਰੀ ਸਾਫ਼ ਪਾਣੀ ਨਾਲ ਧੋ ਕੇ ਜਾਲੀ ਦੇ ਵਿੱਚ ਮੈਂ ਪਾ ਕੇ ਰੱਖ ਦਿੱਤਾ ਹੈ ਜੀ। ਆਪਾਂ ਇਹਦਾ ਐਕਸਟਰਾ ਪਾਣੀ ਹੈ ਜਿਹੜਾ ਸੁਕਾ ਲੈਣਾ ਹੈ। ਉਨੀ ਦੇਰ ਦੂਸਰੀ ਸਾਈਡ ਆਪਾਂ ਗੁੜ ਵਾਲਾ ਪਾਣੀ ਬਣਾ ਕੇ ਤਿਆਰ ਕਰਾਂਗੇ। ਅਤੇ ਇੱਕ ਪੈਨ ਦੇ ਵਿੱਚ ਮੈਂ ਪਹਿਲਾਂ ਗੁੜ ਪਾ ਦਿੱਤਾ ਹੈ ਅਤੇ ਫਿਰ ਆਪਾਂ ਪਾਉਣਾ ਜੀ ਪਾਣੀ। ਪਾਣੀ ਆਪਾਂ ਇੱਥੇ 2 ਕਟੋਰੀਆਂ ਪਾਉਣੀਆਂ ਹੈ, ਕਿਉਂਕਿ 1 ਕਟੋਰੀ ਆਪਾਂ ਦਲੀਏ ਦੀ ਲਈ ਆ ਅਤੇ 2 ਕਟੋਰੀਆਂ ਆਪਾਂ ਪਾਣੀ ਲੈਣਾ ਹੈ। ਪਾਣੀ ਡਬਲ ਲੈਣਾ ਹੈ ਜੀ। ਗੁੜ ਇਸ ਤਰ੍ਹਾਂ ਜਦੋਂ ਆਪਣਾ ਮੈਲਟ ਹੋ ਗਿਆ ਅਤੇ ਪਾਣੀ ਆਪਣਾ ਬਣ ਕੇ ਤਿਆਰ ਹੋ ਗਿਆ, ਆਪਾਂ ਗੈਸ ਕਰ ਦੇਣਾ ਬੰਦ ਅਤੇ ਇਹਨੂੰ ਉੱਪਰੋਂ ਕਵਰ ਕਰਕੇ ਰੱਖ ਦੇਣਾ। ਉਨੀ ਦੇਰ ਦੂਸਰੀ ਸਾਈਡ ਆਪਾਂ ਨਾ ਦਲੀਆ ਜਿਹੜਾ ਉਹ ਵੀ ਬਿਲਕੁਲ ਉਹਦੇ ਵਿੱਚੋਂ ਪਾਣੀ ਨਿਕਲ ਗਿਆ, ਉਹ ਬਿਲਕੁਲ ਸੁੱਕ ਗਿਆ ਹੈ, ਅਤੇ ਉਹਨੂੰ ਆਪਾਂ ਥੋੜ੍ਹਾ ਜਿਹਾ ਫਰਾਈ ਕਰਨਾ, ਭੁੰਨਣਾ ਹੈ, ਯਾਨੀ ਕਿ ਰੋਸਟ ਕਰਨਾ ਵਾ, ਉਹਦਾ ਕੱਚਾਪਨ ਖਤਮ ਕਰਨਾ ਹੈ। ਇਹ ਗਿੱਲਾ ਹੈ, ਇਹਨੂੰ ਜਿਵੇਂ ਜਿਵੇਂ ਆਪਾਂ ਲੋ ਫਲੇਮ 'ਤੇ ਭੁੰਨਦੇ ਜਾਵਾਂਗੇ ਇਸ ਤਰ੍ਹਾਂ, ਤਾਂ ਬਿਲਕੁਲ ਹੀ ਡਰਾਈ ਹੋ ਜੂਗਾ, ਸੁੱਕ ਜਾਵੇਗਾ। ਨਾਲ ਹੀ ਥੋੜ੍ਹਾ ਥੋੜ੍ਹਾ ਇਹਨੂੰ ਆਪਾਂ ਭੁੰਨ ਲੈਣਾ ਹੈ। ਬਿਲਕੁਲ ਆਪਾਂ ਇੱਥੇ ਗੈਸ ਦੀ ਫਲੇਮ ਲੋ 'ਤੇ ਰੱਖਣੀ ਹੈ, ਨਹੀਂ ਤਾਂ ਇਹ ਤਲੇ ਦੇ ਨਾਲ ਚਿਪ ਜਾਵੇਗਾ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਦਲੀਆ ਤਲੇ ਦੇ ਨਾਲ ਜ਼ਿਆਦਾ ਚਿਪ ਕਰਿਆ ਹੈ, ਤਾਂ ਤੁਸੀਂ ਇਹਦੇ ਵਿੱਚ 1/2 ਚਮਚ ਦੇਸੀ ਘਿਓ ਜਾਂ ਡਾਲਡਾ ਘਿਓ ਪਾ ਸਕਦੇ ਹੋ। ਅਗਰ ਤੁਹਾਨੂੰ ਫਿਰ ਵੀ ਲੱਗਦਾ ਤੁਹਾਡਾ ਇਸ ਤਰ੍ਹਾਂ ਹੀ ਦਲੀਆ ਨੀਚੇ ਚਿਪਕ ਰਿਹਾ, ਤਾਂ ਤੁਸੀਂ ਨੋਨ ਸਟਿੱਕੀ ਪੈਨ ਦੇ ਵਿੱਚ ਜਾਂ ਨੋਨ ਸਟਿੱਕੀ ਕੜਾਹੀ ਦੇ ਵਿੱਚ ਵੀ ਇਹਨੂੰ ਇਸ ਤਰ੍ਹਾਂ ਭੁੰਨ ਸਕਦੇ ਹੋ। ਅਤੇ ਮੈਂ ਤੁਹਾਨੂੰ ਕੜਛੀ ਦੇ ਨਾਲ ਵੀ ਇੱਥੇ ਚੈੱਕ ਕਰਕੇ ਦਿਖਾਇਆ, ਦੇਖੋ ਦਲੀਆ ਆਪਣਾ ਬਿਲਕੁਲ ਭੁੱਜ ਚੁੱਕਾ ਹੈ ਅਤੇ ਬਿਲਕੁਲ ਸੁੱਕ ਗਿਆ ਹੈ ਅਤੇ ਇਕੱਲਾ ਇਕੱਲਾ ਹੋ ਗਿਆ ਹੈ। ਦਲੀਏ ਨੂੰ ਭੁੰਨ ਕੇ ਸਾਈਡ 'ਤੇ ਰੱਖ ਲੈਣਾ ਅਤੇ ਫਿਰ ਮੈਂ ਗੈਸ ਦੇ ਉੱਪਰ ਰੱਖਿਆ ਇੱਕ ਕੁੱਕਰ, ਅਤੇ ਕੁੱਕਰ ਦੇ ਵਿੱਚ ਮੈਂ ਪਾਈ 1/2 ਕੜਛੀ ਦੇਸੀ ਘਿਓ। ਦੇਸੀ ਘਿਓ ਨੂੰ ਆਪਾਂ ਥੋੜ੍ਹਾ ਜਿਹਾ ਗਰਮ ਕਰ ਲੈਣਾ। ਘਿਓ ਗਰਮ ਹੋਣ 'ਤੇ ਇਹਦੇ ਵਿੱਚ 1/2 ਚਮਚ ਪਾਉਣੀ ਹੈ ਜੀ ਸੌਂਫ। ਸੌਂਫ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ, ਅਤੇ ਨਾਲ ਹੀ ਇੱਥੇ ਮੈਂ 1 ਕੱਪ ਫੁੱਲ ਮਖਾਣੇ ਅਤੇ 5 ਤੋਂ 6 ਪੀਸ ਬਦਾਮ ਅਤੇ 5 ਤੋਂ 6 ਪੀਸ ਮੈਂ ਕਾਜੂ ਲਏ। ਉਹਨਾਂ ਨੂੰ ਇਸ ਤਰ੍ਹਾਂ ਮੋਟਾ ਕੱਟ ਕੇ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਫਰਾਈ ਕਰ ਲੈਣਾ ਹੈ, ਥੋੜ੍ਹਾ ਜਿਹਾ ਆਪਾਂ ਰੋਸਟ ਕਰ ਲੈਣਾ, ਇਹਦੇ ਨਾਲ ਇਹਨਾਂ ਦਾ ਕੱਚਾਪਨ ਖਤਮ ਕਰਨਾ ਹੈ। ਦੇਖੋ ਇਹਨਾਂ ਦਾ ਕਲਰ ਚੇਂਜ ਹੋ ਗਿਆ ਹੈ, ਅਤੇ ਫਿਰ ਇਹਦੇ ਵਿੱਚ ਮੈਂ ਲਈ ਹੈ ਜੀ ਥੋੜ੍ਹੀ ਜਿਹੀ ਸੌਗੀ ਅਤੇ ਮਗਜ਼, ਨਾਲ ਹੀ 1 ਵੱਡਾ ਚਮਚ ਲਿਆ ਨਾਰੀਅਲ ਦਾ ਬੁਰਾਦਾ, ਇਹਨੂੰ ਵੀ ਆਪਾਂ ਥੋੜ੍ਹਾ ਜਿਹਾ ਭੁੰਨ ਲਵਾਂਗੇ। ਅਤੇ ਫਿਰ ਆਪਾਂ ਜੋ ਸਾਈਡ 'ਤੇ ਭੁੰਨ ਕੇ ਰੱਖਿਆ ਸੀ ਆਪਣਾ ਦਲੀਆ, ਆਪਾਂ ਉਹ ਪਾ ਦੇਣਾ ਹੈ। ਗੈਸ ਆਪਣਾ ਬਿਲਕੁਲ ਲੋਅ 'ਤੇ ਹੋਣਾ ਚਾਹੀਦਾ ਹੈ ਜੀ, ਘੱਟ ਹੋਣਾ ਚਾਹੀਦਾ ਹੈ, ਨਹੀਂ ਤਾਂ ਜਿਹੜੇ ਆਪਣੇ ਡਰਾਈ ਫਰੂਟਸ ਵਗੈਰਾ ਇਹ ਸਾਰੇ ਜਲ ਜਾਣਗੇ। ਅਤੇ ਫਿਰ ਇਸੇ ਤਰ੍ਹਾਂ ਬਿਲਕੁਲ ਲੋਅ ਫਲੇਮ 'ਤੇ ਹੀ ਹਿਲਾਉਂਦੇ ਹੋਏ ਆਪਾਂ ਘਿਓ ਦੇ ਵਿੱਚ ਦਲੀਆ ਫਿਰ 2 ਮਿੰਟ ਲਈ ਭੁੰਨਣਾ ਹੈ।
2 ਮਿੰਟ ਹਿਲਾਉਂਦੇ ਹੋਏ ਇਸੇ ਤਰ੍ਹਾਂ ਆਪਾਂ ਦਲੀਏ ਨੂੰ ਭੁੰਨ ਲੈਣਾ ਹੈ ਜੀ। ਅਤੇ ਇੱਥੇ ਮੈਂ ਲੌਂਗ ਪਾਉਣੇ ਭੁੱਲ ਗਈ ਸੀ, ਅਤੇ ਇੱਥੇ ਮੈਂ 3 ਲੌਂਗ ਪਾਵਾਂਗੀ। ਲੌਂਗ ਆਪਾਂ ਇੱਥੇ ਘਿਓ ਦੇ ਵਿੱਚ ਭੁੰਨਣੇ ਹੁੰਦੇ ਆ ਜੀ, ਅਤੇ ਪਹਿਲੇ ਪਾਉਣਾ ਮੈਂ ਭੁੱਲ ਗਈ ਸੀ, ਅਤੇ ਇਸ ਲਈ ਹੁਣ ਮੈਂ ਬਾਅਦ ਵਿੱਚ ਪਾ ਰਹੀ ਹਾਂ। ਅਤੇ ਤੁਸੀਂ ਇਹਨੂੰ ਡਰਾਈ ਫਰੂਟ ਪਾਏ ਆ ਜਦੋਂ ਆਪਾਂ ਉਦੋਂ ਹੀ ਨਾਲ ਪਾ ਕੇ ਆਪਾਂ ਇਹਨੂੰ ਭੁੰਨ ਲੈਣਾ। ਇਸ ਦੇ ਨਾਲ ਜਿਹੜਾ ਫਲੇਵਰ ਆ ਨਾ ਦਲੀਏ ਦਾ ਬਹੁਤ ਹੀ ਵਧੀਆ ਆਉਂਦਾ ਹੈ। ਕਦੀ ਤੁਸੀਂ ਇਸ ਤਰ੍ਹਾਂ ਬਣਾ ਕੇ ਪਾ ਕੇ ਦੇਖਿਓ, ਬਹੁਤ ਹੀ ਟੇਸਟੀ ਦਲੀਆ ਬਣ ਕੇ ਤਿਆਰ ਹੁੰਦਾ ਹੈ ਜੀ। ਚੰਗੀ ਤਰ੍ਹਾਂ ਆਪਾਂ ਨੂੰ ਫਰਾਈ ਕਰ ਲਿਆ ਜੀ 2 ਮਿੰਟ, ਅਤੇ ਫਿਰ ਆਪਾਂ ਜੋ ਪਾਣੀ ਬਣਾ ਕੇ ਰੱਖਿਆ ਗੁੜ ਵਾਲਾ ਉਹ ਆਪਾਂ ਦਲੀਏ ਦੇ ਵਿੱਚ ਪਾ ਦੇਣਾ ਹੈ। ਨੀਚੇ ਥੋੜ੍ਹਾ ਜਿਹਾ ਕਿਰਕ ਵਾਲਾ ਪਾਣੀ ਆ ਉਹ ਨਹੀਂ ਪਾਉਣਾ, ਉਹ ਥੋੜ੍ਹਾ ਜਿਹਾ 1-2 ਚਮਚ ਆਪਾਂ ਰੱਖ ਲੈਣੀ ਆ, ਅਤੇ ਫਿਰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਹੈ। ਮਿਕਸ ਕਰਨ ਤੋਂ ਬਾਅਦ ਜੀ ਫਿਰ ਆਪਾਂ ਕੁੱਕਰ ਦਾ ਢੱਕਣ ਲਗਾ ਦੇਣਾ ਹੈ, ਅਤੇ ਆਪਾਂ ਇੱਥੇ 3 ਵਿਸਲ ਲੋ ਟੂ ਮੀਡੀਅਮ ਫਲੇਮ 'ਤੇ ਲਗਵਾਉਣੀਆਂ ਹੈ। 3 ਵਿਸਲ ਲੱਗ ਗਈਆਂ ਜੀ, ਅਤੇ ਆਪਾਂ ਗੈਸ ਕਰ ਦੇਣਾ ਬੰਦ, ਅਤੇ ਉਸ ਤੋਂ ਬਾਅਦ ਆਪਾਂ 20-30 ਮਿੰਟ ਬਾਅਦ ਆਪਾਂ ਕੁੱਕਰ ਓਪਨ ਕਰਨਾ, ਯਾਨੀ ਕਿ 1/2 ਘੰਟੇ ਬਾਅਦ ਆਪਾਂ ਕੁੱਕਰ ਓਪਨ ਕਰਨਾ ਹੈ। ਬਿਲਕੁਲ ਸਟੀਮ ਨਿਕਲ ਜਾਣ 'ਤੇ, ਭਾਫ਼ ਨਿਕਲ ਜਾਣ 'ਤੇ, ਜਦੋਂ ਆਪਣੇ ਕੁੱਕਰ ਦੀ ਬਿਲਕੁਲ ਆਵਾਜ਼ ਆਉਣੀ ਬੰਦ ਹੋ ਜਾਵੇ ਉਦੋਂ, ਅਤੇ ਫਿਰ ਆਪਾਂ ਦਲੀਆ ਚੈੱਕ ਕਰਕੇ ਦੇਖ ਲੈਂਦੇ ਹਾਂ। ਬਹੁਤ ਹੀ ਵਧੀਆ ਦੇਖੋ, ਬਿਲਕੁਲ ਅਲੱਗ ਅਲੱਗ ਜਿਹੜਾ ਆਪਣਾ ਦਲੀਆ ਬਣ ਕੇ ਤਿਆਰ ਹੋਇਆ, ਦੇਖਣ ਨੂੰ ਜਿੰਨਾ ਵਧੀਆ ਲੱਗਦਾ ਅਤੇ ਖਾਣ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ। ਜ਼ਰੂਰ ਮੇਰੇ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ, ਸਾਰੇ ਹੀ ਬਹੁਤ ਪਸੰਦ ਕਰਨਗੇ। ਗੁੜ ਵਾਲਾ ਦਲੀਆ ਤਾਂ ਬਹੁਤ ਹੀ ਟੇਸਟੀ ਵੀ ਬਣਦਾ ਹੈ, ਟੇਸਟੀ ਹੋਣ ਦੇ ਨਾਲ ਨਾਲ ਬਹੁਤ ਹੈਲਥੀ ਵੀ ਹੁੰਦਾ ਹੈ। ਅਤੇ ਫਿਰ ਆਪਾਂ ਇਹਨੂੰ ਸਰਵ ਕਰ ਲੈਣਾ ਹੈ ਜੀ। ਸਰਵ ਕਰਕੇ ਤੁਸੀਂ ਇਹਨੂੰ ਗਰਮਾ ਗਰਮ ਖਾਓ, ਬਹੁਤ ਹੀ ਵਧੀਆ ਲੱਗਦਾ ਹੈ, ਅਤੇ ਸਾਰੇ ਖੁਸ਼ ਹੋ ਕੇ ਖਾਣਗੇ ਅਤੇ ਤੁਹਾਡੀ ਤਾਰੀਫ ਵੀ ਕਰਨਗੇ। ਤੁਹਾਨੂੰ ਇਹ ਮੇਰੀ ਰੈਸਪੀ ਦਲੀਆ ਦੀ ਵਧੀਆ ਲੱਗੀ ਤਾਂ ਜ਼ਰੂਰ ਲਾਈਕ ਸ਼ੇਅਰ ਕਰਿਓ, ਹਾਲੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਜ਼ਰੂਰ ਸਭ ਤੋਂ ਪਹਿਲਾਂ ਮਿਲ ਸਕੇ। ਅਤੇ ਜ਼ਰੂਰ ਇਸ ਤਰੀਕੇ ਦੇ ਨਾਲ ਬਣਾਇਓ, ਲਾਈਕ ਸ਼ੇਅਰ ਕਰਿਓ ਤੁਸੀਂ, ਅਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਇਹ ਦਲੀਏ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ। ਅਤੇ ਇਹਦੇ ਵਿੱਚ ਡਰਾਈ ਫਰੂਟਸ ਤੁਸੀਂ ਆਪਣੇ ਮਨਪਸੰਦ ਦੇ ਹਿਸਾਬ ਦੇ ਨਾਲ ਪਾ ਸਕਦੇ ਹੋ, ਬਹੁਤ ਹੀ ਟੇਸਟੀ ਲੱਗਦਾ ਹੈ। ਮਿਲਦੇ ਹਾਂ ਜੀ ਬਹੁਤ ਹੀ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ। ਥੈਂਕ ਯੂ ਸੋ ਮਚ।